ਸਿੱਖੀ ਫਤਿਹ। ਅੱਜ ਮੈਂ ਸਮਝਦਾ ਅਸੀਂ ਸਾਰੇ ਸੰਗਤਾਂ ਵੱਡਿਆਂ ਭਾਗਾਂ ਵਾਲੇ ਨੇ, ਕਿਉਂਕਿ ਜੋ ਗੁਰੂ ਦਾ ਪਿਆਰਾ ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਜਦੋਂ ਮੁਗਲਾਂ ਦਾ ਬਹੁਤ ਵੱਡਾ ਜ਼ੋਰ ਸੀ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਦਿੱਲੀ ਦੇ ਵਿੱਚ, ਉਹਨਾਂ ਦਾ ਸੀਸ ਲੈ ਕੇ ਅਤੇ ਅਨੰਦਪੁਰ ਸਾਹਿਬ ਪਹੁੰਚੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਛਾਤੀ ਨਾਲ ਲਾਇਆ ਅਤੇ ਬੜੀਆਂ ਖੁਸ਼ੀਆਂ ਦਿੱਤੀਆਂ, ਬੜੇ ਵਰ ਦਿੱਤੇ, ਰੰਗ ਰੇਟੇ ਗੁਰੂ ਕੇ ਬੇਟੇ। ਅਤੇ ਉਹਨਾਂ ਨੂੰ ਉਦੋਂ ਪੁੱਛਿਆ ਗੁਰੂ ਸਾਹਿਬ ਨੇ ਕਿ ਬਾਬਾ ਜੀਵਨ ਸਿੰਘ ਜੀ, ਜਦੋਂ ਇਹ ਸ਼ਹਾਦਤ ਹੋਈ ਆ, ਸ਼ਹੀਦੀ ਪ੍ਰਾਪਤ ਗੁਰੂ ਸਾਹਿਬ ਨੇ ਕੀਤੀ ਆ, ਕਿਸੇ ਨੇ ਕੋਈ ਸਿੱਖ ਉੱਥੇ ਹੈਗਾ ਸੀ? ਅਤੇ ਬਾਬਾ ਜੀਵਨ ਸਿੰਘ ਜੀ ਨੇ ਕਿਹਾ, ਪਤਾ ਨਹੀਂ ਲੱਗਾ, ਰਲੇ ਮਿਲੇ ਜੇ ਸਨ, ਪਤਾ ਨਹੀਂ ਲੱਗਾ ਕੋਈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਦੋਂ ਕਿਹਾ, ਐਸਾ ਖਾਲਸਾ ਪੰਥ ਸਾਜਾਂਗੇ ਕਿ ਲੱਖਾਂ ਦੇ ਵਿੱਚ ਇੱਕ ਖੜੋਤਾ ਹੋਊ, ਪਤਾ ਲੱਗੂਗਾ ਗੁਰੂ ਕਾ ਸਿੱਖ ਖੜੋਤਾ ਹੈ। ਸੋ ਐਸੀਆਂ ਉਹਨਾਂ ਦੀਆਂ ਸੇਵਾਵਾਂ ਹਨ, ਐਸੀਆਂ ਉਹਨਾਂ ਦੀਆਂ ਕੁਰਬਾਨੀਆਂ ਹਨ। ਉਹਨਾਂ ਦਾ ਅੱਜ ਜੋ ਨਗਰ ਕੀਰਤਨ ਆ ਜਨਮ ਦਿਹਾੜੇ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਸਾਬੋ ਕੀ ਤਲਵੰਡੀ ਸੰਗਤਾਂ ਦੇ ਨਾਲ, ਚੇਅਰਮੈਨ ਸਾਹਿਬ ਨੇ, ਝਬਾਲ ਸਾਹਿਬ ਨੇ, ਸਰਦਾਰ ਬਲਵੀਰ ਸਿੰਘ ਸਾਡੇ ਗੁਰਦੁਆਰਾ ਜੋ ਸੱਚਖੰਡ ਹਰਿਮੰਦਰ ਸਾਹਿਬ ਦੇ ਮੈਨੇਜਰ ਸਾਹਿਬ ਨੇ, ਦੀਨਪੁਰ ਸਾਹਿਬ, ਹੋਰ ਬਹੁਤ ਮਹਾਨ ਸ਼ਖਸੀਅਤਾਂ ਅਤੇ ਗੁਰੂ ਕੀਆਂ ਸੰਗਤਾਂ ਬੜੇ ਸ਼ਰਧਾ ਭਾਵਨਾ ਨਾਲ ਇਹ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਮੂਹ ਗੁਰੂ ਸੰਗਤ ਨੂੰ ਬਾਬਾ ਜੀਵਨ ਸਿੰਘ ਜੀ ਦੇ 357 ਜਨਮ ਦਿਹਾੜੇ 'ਤੇ ਲੱਖ ਲੱਖ ਵਧਾਈ ਦਿੰਦੇ ਹਾਂ। ਔਰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ 3 ਤਰੀਕ ਨੂੰ 8:15 ਨਗਰ ਕੀਰਤਨ ਜਿਹੜਾ ਹੈ ਚੱਲ ਪਿਆ, ਔਰ ਇਹ ਰਾਤਰੀ ਵਿਸ਼ਰਾਮ ਹੋਏਗਾ ਇਹਦਾ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ, ਅਤੇ 4 ਤਰੀਕ ਨੂੰ ਉੱਥੋਂ ਸਵੇ ਚੱਲਾਂਗੇ ਔਰ 4 ਰਾਤ ਨੂੰ ਅਸੀਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਪਹੁੰਚਾਂਗੇ। ਸੋ ਜਿੱਥੇ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਲੇ ਕੇ ਤਲਵੰਡੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਲੋੜੀਂਦੇ ਪ੍ਰਬੰਧ ਕੀਤੇ। ਸੋ ਸਾਡੀ ਇਹੀ ਨਾਰਾ ਹੈ, ਅਕਾਲ ਤਖ਼ਤ ਮਹਾਨ ਹੈ, ਬਾਬਾ ਜੀਵਨ ਸਿੰਘ ਸਿੰਘ ਪੰਥ ਦੀ ਸ਼ਾਨ ਹੈ। ਹਰਭਜਨ ਸਿੰਘ ਜੀ, ਬਹੁਤ ਵਧੀਆ ਲੱਗ ਰਿਹਾ ਜੀ, ਔਰ ਅਕਾਲ ਪੁਰਖ ਕਿਰਪਾ ਕਰੇ ਸਾਰੀ ਸੰਗਤ ਨੂੰ ਇੱਦਾਂ ਹੀ ਨਗਰ ਕੀਰਤਨ ਦੇ ਜਾਣ ਲਈ ਬਖਸ਼ਿਸ਼ ਕਰੇ। ਇਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਨ ਦੀ ਵਧਾਈ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ। ਜੇ ਸੰਗਤਾਂ ਨੂੰ ਇਹ ਮੈਸੇਜ ਹੈ, ਨਸ਼ੇ ਛੱਡੋ, ਭਰੂਣ ਹੱਤਿਆ ਨਾ ਕਰਨ ਦਿਓ, ਭਰੂਣ ਹੱਤਿਆ ਗੁਰੂ ਸਾਹਿਬ ਨਾਲ ਜਿਹੜੇ ਅੰਮ੍ਰਿਤ ਸਰ ਕੇ ਗੁਰੂ ਦੇ ਸਿੰਘ ਬਣੋ।